ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਤੇਲ ਦੀ ਵਧੀ ਕੀਮਤਾਂ ਵਿਰੁੱਧ ਅੱਜ ਬਲਾਕ ਘੱਗਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਰਾਜ ਸਿੰਘ ਗਿੱਲ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਵੱਲੋਂ ਬਾਦਸ਼ਾਹਪੁਰ 'ਚ ਸ਼ੁਤਰਾਣਾ ਸਮਾਣਾ ਸੜਕ ਤੇ ਧਰਨਾ ਦੇ ਮੋਦੀ ਸਰਕਾਰ ਨੂੰ ਜੰਮ ਕੇ ਕੋਸਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਹਲਕਾ ਸ਼ੁਤਰਾਣਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਅੰਬਾਨੀ ਅਡਾਨੀ ਦੇ ਇਸ਼ਾਰਿਆਂ ਤੇ ਚੱਲ ਕੇ ਦੇਸ਼ ਦੇ ਲੋਕਾਂ ਨੂੰ ਉਜਾੜਨ ਤੇ ਲੱਗੀ ਹੋਈ ਏ। ਹਲਕਾ ਪ੍ਰਧਾਨ ਨੇ ਕਿਹਾ ਕਿ ਤੇਲ ਦੀ ਵਧੀ ਕੀਮਤਾਂ ਨੇ ਦੇਸ਼ ਵਾਸੀਆਂ ਦੇ ਜੇਬ ਤੇ ਵੱਡਾ ਡਾਕਾ ਮਾਰਿਆ ਹੈ, ਜਿਸ ਦੇ ਚੱਲਦਿਆਂ ਸਮੁੱਚੇ ਦੇਸ਼ ਵਾਸੀਆਂ ਨੂੰ ਖਾਣ ਪੀਣ ਦੀ ਵਸਤੂਆਂ ਦੇ ਲਾਲੇ ਪਏ ਹੋਏ ਹਨ। ਬਲਾਕ ਪ੍ਰਧਾਨ ਬਲਰਾਜ ਸਿੰਘ ਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਮੋਦੀ ਸਰਕਾਰ ਨੂੰ ਚੱਲਦਾ ਕਰਕੇ ਕੇਂਦਰ ਵਿੱਚ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ ਅਗਲੀ ਸਰਕਾਰ ਬਣਾਉਣ ਤਾਂ ਲੋਕਾਂ ਨੂੰ ਮਹਿੰਗਾਈ ਤੋਂ ਬਚਾਇਆ ਜਾ ਸਕੇ। ਅੱਜ ਅਸੀਂ ਜੋ ਧਰਨਾ ਦਿੱਤਾ ਇੱਥੇ ਸਾਡੇ ਪਾਰਟੀ ਦੇ ਆਦੇਸ਼ ਨੇ ਰਾਹੁਲ ਗਾਂਧੀ ਜੀ, ਕੈਪਟਨ ਸਾਹਿਬ, ਮਹਾਰਾਣੀ ਪ੍ਰਨੀਤ ਕੌਰ ਜੀ, ਉਹਦੇ ਉਹਨਾਂ ਦਾ ਜੋ ਹੁਕਮ ਆ ਉਹ ਮੰਨਦੇ ਹੋਏ ਅਸੀਂ ਜੋ ਡੀਜ਼ਲ ਔਰ ਪੈਟਰੋਲ ਦੀਆਂ ਕੀਮਤਾਂ ਮੋਦੀ ਨੇ ਵਧਾਈਆਂ ਨੇ ਉਹਦੇ ਸੰਬੰਧ ਦੇ ਵਿੱਚ ਇਹ ਧਰਨਾ ਦਿੱਤਾ ਔਰ ਅਸੀਂ ਪਿੰਡ ਪੱਧਰ 'ਤੇ ਜੋ ਇਹ ਧਰਨੇ ਸ਼ੁਰੂ ਕਰੇ ਆ, ਕੱਲ੍ਹ ਤੋਂ ਸਾਡੀ ਸ਼ੁਰੂਆਤ ਸੀ, ਅੱਜ ਬਾਦਸ਼ਾਹਪੁਰ ਹੈ, ਜੋ ਅੱਗੇ ਸਾਨੂੰ ਜਿਵੇਂ MLA ਸਾਹਿਬ ਆਦੇਸ਼ ਕਰਨਗੇ ਉਸੇ ਤਰ੍ਹਾਂ ਅਸੀਂ ਇਹ ਧਰਨੇ ਅੱਗੇ ਤੋਂ ਅੱਗੇ ਚੱਲੀ ਜਾਣਗੇ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਉਹਨਾਂ ਵੱਲੋਂ ਸਾਨੂੰ ਦਿਸ਼ਾ ਨਿਰਦੇਸ਼ ਹੋਇਆ ਸੀ ਕਿ ਪਹਿਲਾਂ ਤਾਂ ਅਸੀਂ ਜ਼ਿਲ੍ਹੇ ਪੱਧਰ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਧਰਨੇ ਦਿੱਤੇ ਸੀ, ਉਸ ਤੋਂ ਬਾਅਦ ਹਲਕਿਆਂ ਦੇ ਵਿੱਚ ਧਰਨੇ ਸ਼ੁਰੂ ਹੋ ਗਏ, ਇਹ ਹੁਣ ਜਿਹੜੇ ਨੇ ਬਲਾਕ ਪੱਧਰ ਅਤੇ ਪਿੰਡ ਪੱਧਰ ਤੱਕ ਧਰਨੇ ਸ਼ੁਰੂ ਹੋ ਗਏ ਨੇ ਜਿਹੜੇ ਲਗਾਤਾਰ ਜਾਰੀ ਰਹਿਣਗੇ। ਇਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਜਿੰਨਾ ਚਿਰ ਵੀ ਕਾਂਗਰਸ ਸਰਕਾਰ ਦੇ ਵਿੱਚ ਜੋ ਵੀ ਉਹਨਾਂ ਨੇ ਇਹ ਸਹੂਲਤਾਂ ਦਿੱਤੀਆਂ ਸੀ ਉਹ ਜਿਹੜੀਆਂ ਨਿਰੰਤਰ ਲੋਕਾਂ ਨੂੰ ਲਗਾਤਾਰ ਮਿਲ ਰਹੀਆਂ ਨੇ। ਜਿਹੜਾ ਮੋਦੀ ਸੀਗਾ ਉਹਦੇ ਵਿੱਚ ਕੁਛ ਨਾ ਕੁਛ ਅੜਿੱਕਣਾ ਪਾ ਰਹੇ ਸੀਗੇ, ਜਿਹੜੇ ਲੋਕ ਨੇ ਉਹ ਅੱਜ ਬਹੁਤ ਜ਼ਿਆਦਾ ਦੁਖੀ ਨੇ। ਦੁਖੀ ਹੋਣ ਕਰਕੇ ਹੀ ਅੱਜ ਅਸੀਂ ਜਿਹੜੇ ਹੈਗਾ ਕਾਂਗਰਸ ਦੇ ਭਾਜਪਾ ਸਰਕਾਰ ਦੇ ਖਿਲਾਫ਼ ਧਰਨੇ ਲਾ ਰਹੇ ਹਾਂ। ਜਿੱਦਾਂ ਕਿ ਉਹਨਾਂ ਨੇ ਡੀਜ਼ਲ ਤੇਲ ਦੀਆਂ ਕੀਮਤਾਂ ਵਧਾਈਆਂ ਜਾਂ ਅੱਛੇ ਦਿਨਾਂ ਦੀ ਗੱਲ ਕੀਤੀ ਸੀ, ਕਾਲੇ ਜਿਹੜੇ ਧਨ ਸੀਗਾ ਉਹ ਕਾਲਾ ਧਨ ਬਾਹਰੋਂ ਵਾਪਸ ਮੰਗਾਉਣਾ ਸੀ, ਕਾਲਾ ਧਨ ਤਾਂ ਬਾਹਰੋਂ ਕੀ ਵਾਪਸ ਮੰਗਾਉਣਾ ਸੀ, ਉਹ ਆਪ ਹੀ ਲਗਾਤਾਰ ਉੱਦਾਂ ਦੇ ਬਾਹਰ ਚੱਲ ਰਹੇ ਨੇ। ਉਹ ਮੈਨੂੰ ਲੱਗਦਾ ਜਿਹੜਾ ਕਾਲਾ ਧਨ ਬਾਹਰੋਂ ਲੈ ਕੇ ਆਉਣਾ ਸੀ ਉਹ ਉੱਥੇ ਦਾ ਉੱਥੇ ਹੀ ਸ਼ਾਇਦ ਲੱਗੇ ਹੋਏ ਨੇ ਵੀ ਉੱਥੇ ਦਾ ਉੱਥੇ ਹੀ ਨਿਬੇੜ ਕੇ ਆਉਣ। ਪਾਤੜਾ ਤੋਂ ਹਰਮਿੰਦਰ ਸਿੰਘ, ਕਰਤਾਰਪੁਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।